ਫਾਜ਼ਿਲਕਾ ਦੀ ਰਾਧਾ ਸੁਆਮੀ ਕਲੋਨੀ ਦੀ ਗਲੀ ਨੰਬਰ 3 ਦੇ ਵਿੱਚ ਖੜੇ ਆਟੋ ਦੀ ਬੈਟਰੀ ਹੋਈ ਚੋਰੀ। ਆਟੋ ਮਾਲਕ ਨੇ ਕੀਤੀ ਕਾਰਵਾਈ ਦੀ ਮੰਗ। ਫਾਜ਼ਿਲਕਾ ਦੀ ਰਾਧਾ ਸੁਆਮੀ ਕਲੋਨੀ ਦੀ ਗਲੀ ਨੰਬਰ 3 ਦੇ ਵਿੱਚ ਇੱਕ ਗੋਦਾਮ ਦੇ ਬਾਹਰ ਖੜੇ ਆਟੋ ਦੀ ਚੋਰਾਂ ਵੱਲੋਂ ਬੈਟਰੀ ਚੋਰੀ ਕਰ ਲਈ ਗਈ। ਆਟੋ ਦੇ ਮਾਲਕ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਰਾਤ ਨੂੰ ਆਪਣਾ ਆਟੋ ਗੋਦਾਮ ਦੇ ਬਾਹਰ ਖੜਾ ਕੀਤਾ ਗਿਆ ਸੀ ਅਤੇ ਉਸ ਦੀ ਪਤਨੀ ਦੀ ਤਬੀਅਤ ਖਰਾਬ ਹੋਣ ਦੇ ਚਲਦਿਆਂ ਉਹ ਹਸਪਤਾਲ ਚਲੇ ਗਏ। ਅੱਧ ਤੜਕੇ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਆਟੋ ਦੇ ਵਿੱਚੋਂ ਬੈਟਰੀ ਗਾਇਬ ਸੀ। ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ 3 ਮਹੀਨੇ ਪਹਿਲਾਂ ਹੀ 4200 ਰੁਪਏ ਦੀ ਇਹ ਬੈਟਰੀ ਪੁਆਈ ਗਈ ਸੀ। ਉਹਨਾਂ ਨੇ ਕਿਹਾ ਫਾਜ਼ਿਲਕਾ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵੱਧ ਰਹੀਆਂ ਅਤੇ ਚੋਰਾਂ ਦੇ ਹੌਸਲੇ ਪੂਰੀ ਤਰ੍ਹਾਂ ਨਾਲ ਬੁਲੰਦ ਹੈ। ਉਹਨਾਂ ਨੇ ਫਾਜ਼ਿਲਕਾ ਪੁਲਿਸ ਤੋਂ ਚੋਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਾਂਜੀ, ਤੁਹਾਡਾ ਨਾਮ? ਮੇਰਾ ਨਾਮ ਰਕੇਸ਼ ਹੈ ਜੀ। ਮੈਂ ਮੇਰੀ ਵਾਈਫ ਦੀ ਥੋੜ੍ਹੀ ਤਬੀਅਤ ਖਰਾਬ, ਹੋਸਪਿਟਲ ਦਾਖਲ ਸੀ। ਰਾਤੀ ਮੈਂ ਆਟੋ ਲਾ ਕੇ ਗਿਆ ਜੀ ਆਪਣੇ ਦੁਕਾਨ ਦੇ ਗਡਾਊਨ ਦੇ ਬਾਹਰ, ਰਸਮੀ ਕਲੋਨੀ 3 ਨੰਬਰ ਗਲੀ 'ਚ। ਅੱਛਾ ਜੀ। ਆਪਣੇ ਸਵੇਰੇ ਆਇਆ ਤਾਂ ਦੇਖੋ ਜੀ, 2.5-3 ਮਹੀਨੇ ਪਹਿਲਾਂ ਮੈਂ ਨਵੀਂ ਬੈਟਰੀ ਪਵਾਈ ਹੈ ਅਤੇ ਬੈਟਰੀ ਨਿਕਲ ਗਈ। ਅਤੇ ਵਾਰਦਾਤ ਹੋਈ ਕਿੱਥੇ ਆ? ਇਹ ਰਸਮੀ ਕਲੋਨੀ 3 ਨੰਬਰ ਗਲੀ 'ਚ, ਨਰੇਸ਼ ਏਟੀ ਦੇ ਘਰ ਤੋਂ ਥੋੜ੍ਹੀ ਜਿਹੀ ਅਗਲੇ ਪਾਸੇ ਮੇਰਾ ਗਡਾਊਨ ਹੈ ਜੀ। ਅੱਛਾ। ਬਾਹਰ ਮੇਰਾ ਆਟੋ ਖੜਾ ਸੀ, ਸਵੇਰੇ ਆ ਕੇ ਦੇਖਿਆ ਤਾਂ ਬੈਟਰੀ ਨਿਕਲੀ ਪਈ ਸੀ। ਅਤੇ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ, ਚੋਰੀ ਦੀਆਂ ਘਟਨਾਵਾਂ ਇੰਨੀਆਂ ਵੱਧ ਰਹੀਆਂ ਨੇ ਕਿ ਮਤਲਬ ਕਿ ਚੋਰਾਂ ਨੂੰ ਨੱਥ ਨਹੀਂ ਪਾਈ ਜਾ ਸਕਦੀ। ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਇਹਨਾਂ ਚੋਰਾਂ ਨੂੰ ਨੱਥ ਪਾਓ, ਲੋਕਾਂ ਨੂੰ ਚੋਰੀ ਤੋਂ ਬਚਾਓ। ਸਾਡੇ ਇਹ ਗਡਾਊਨ ਵਾਲੀ ਗਲੀ 'ਚ ਅੱਗੇ ਵੀ ਕਾਫੀ ਬੈਟਰੀਆਂ ਨਿਕਲ ਚੁੱਕੀਆਂ ਲੋਕਾਂ ਦੀਆਂ ਕਾਰਾਂ ਦੀਆਂ।